ਸਤਿ ਸ਼੍ਰੀ ਅਕਾਲ ਪ੍ਰਾਈਮ ਮਿਨਿਸਟਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਜਤਿਨ ਦਾ ਪੰਨੂ ਸ਼ੋਅ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਤੇ ਸਾਡੇ ਖਾਸ ਮਹਿਮਾਨ ਜਤਿਨ ਦਾ ਪੰਨੂ ਜੀ ਇਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਪਹਿਲੇ ਪ੍ਰੋਗਰਾਮ ਦੇ ਸਵਾਲ ਦੇ ਵਿੱਚ ਅਸੀਂ ਗੱਲ ਕਰਾਂਗੇ ਫਿਲਮ ਨਾਨਕ ਸ਼ਾਹ ਫਕੀਰ ਦੀ ਇਸ ਵੇਲੇ ਇਸ ਦਾ ਮੁੱਦਾ ਕਾਫੀ ਪੱਕਿਆ ਹੋਇਆ ਪਹਿਲਾਂ ਇਸ ਫਿਲਮ ਤੇ ਇਤਰਾਜ਼ ਜਤਾਇਆ ਗਿਆ ਫਿਰ ਆਗਿਆ ਵੀ ਦਿੱਤੀ ਗਈ ਤੇ ਫਿਰ ਇਸ ਤੇ ਰੋਕ ਲਗਾ ਦਿੱਤੀ ਗਈ ਤੇ ਹੁਣ ਸੁਪਰੀਮ ਕੋਰਟ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ ਆਖਿਰਕਾਰ ਇਹ ਵਿਵਾਦ ਬਹੁਤ ਵੱਡਾ ਵੱਧ ਗਿਆ ਤੁਸੀਂ ਦੱਸੋ ਇਸ ਬਾਰੇ ਕੀ ਕਹਿਣਾ ਚਾਹੋਗੇ ਗੱਲ ਹੈ ਜੀ ਮਨਪ੍ਰੀਤ ਜੀ ਇਹਦੇ 'ਚ ਸਾਰਾ ਇਹ ਵਿਵਾਦ ਅਸਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਇਹਦੇ ਅਹੁਦੇਦਾਰਾਂ ਅਤੇ ਸਤਿਕਾਰਯੋਗ ਪਰਮ ਸਤਿਕਾਰਯੋਗ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕਰਕੇ ਵਧਿਆ ਸਮੁੰਦਰੀ ਫੌਜ ਦਾ ਇੱਕ ਰਿਟਾਇਰਡ ਅਫਸਰ ਸਾਰੀ ਆਪਣੀ ਬੱਚਤ ਲਾ ਕੇ ਉਹਨੇ ਇੱਕ ਫਿਲਮ ਬਣਾ ਦਿੱਤੀ ਜੀ ਇੱਥੇ ਜਿਹੜਾ ਵੀ ਸਿੱਖੀ ਬਾਰੇ ਕੋਈ ਥੋੜ੍ਹਾ ਬਹੁਤ ਕੰਮ ਕਰਦਾ ਮੁੜ ਕੇ ਫਸ ਜਾਂਦਾ ਪਾਲ ਸਿੰਘ ਪੁਰੇਵਾਲ ਨੇ ਪੈਸਾ ਵੀ ਆਪਣਾ ਸਾਰਾ ਫੂਕਤਾ ਜੀ ਆਪਣੀ ਜ਼ਿੰਦਗੀ ਦੇ 20 ਸਾਲ ਤੋਂ ਵੱਧ ਇਸ ਕੰਮ 'ਤੇ ਲਾ ਦਿੱਤੇ ਕਿ ਸਿੱਖਾਂ ਦਾ ਇੱਕ ਕੈਲੰਡਰ ਬਣਾਉਣਾ ਜੀ ਨਾਨਕ ਸ਼ਾਹੀ ਕੈਲੰਡਰ ਜੀ ਅਤੇ ਅੱਗੋਂ ਉਹਨਾਂ ਲੋਕਾਂ ਦੇ ਹੱਥ ਪੈ ਗਿਆ ਜਿਹੜੇ ਇੱਲ ਦਾ ਨਾਂ ਕੋਕੋ ਨਹੀਂ ਜਾਣਦੇ ਉਹ ਬੰਦੇ ਫੈਸਲਾ ਕਰਦੇ ਪਏ ਕਿ ਨਾਨਕ ਸ਼ਾਹੀ ਕੈਲੰਡਰ ਲਾਗੂ ਕਰਨਾ ਕਿ ਨਹੀਂ ਕਰਨਾ ਹੁਣ ਇਹਦੇ ਬਾਰੇ ਵੀ ਇਹੋ ਰੇਟਕਾ ਪੈ ਗਿਆ ਇੱਕ ਬੰਦੇ ਨੇ ਡਾਕਟਰ ਪਿਆਰ ਸਿੰਘ ਨੇ ਕਿਤਾਬ ਲਿਖਤੀ ਗਾਥਾ ਸ੍ਰੀ ਆਦਿ ਗ੍ਰੰਥ ਜੀ ਉਹਦੇ ਨਾਲ ਜੈਲਸੀ ਰੱਖਣ ਵਾਲੇ ਨੇ ਸ਼ਿਕਾਇਤ ਕਰਤੀ ਡਾਕਟਰ ਪਿਆਰ ਸਿੰਘ ਨੂੰ ਬੁੱਢੇ ਬਾਰੇ ਜਦੋਂ ਉਹਦੇ ਤੁਰਨਾ ਔਖਾ ਸੀ ਸਦਕੇ ਨੂੰ ਤਨਖਾਹ ਲਾਈ ਗਈ ਇੰਨਾ ਚਿਰ ਤੂੰ ਝਾੜੂ ਫਿਰਨਾ ਇੰਨਾ ਚਿਰ ਤੂੰ ਬਰਤਨ ਸਾਫ਼ ਕਰਨੇ ਆ ਉਹਨੇ ਉਹ ਵੀ ਨਿਭਾਤੀ ਬਾਅਦ 'ਚ ਪੁੱਛਿਆ ਕਿ ਮੇਰੀ ਕਿਤਾਬ 'ਚ ਨੁਕਸ ਕੀ ਆ 25 ਸਾਲ ਹੋ ਗਏ ਅੱਜ ਤੱਕ ਇਹ ਨਹੀਂ ਦੱਸ ਸਕੇ ਤੇਰੀ ਕਿਤਾਬ 'ਚ ਨੁਕਸ ਕੀ ਸੀ ਡਾਕਟਰ ਪਿਛੌਰਾ ਸਿੰਘ ਦੀ ਕਿਤਾਬ 'ਚ ਨੁਕਸ ਕਰਤਾ ਉਹਨੂੰ ਸੱਦ ਕੇ ਤਨਖਾਹ ਲਾ ਦਿੱਤੀ ਪਰ ਉਹਨੇ ਪੁੱਛਿਆ ਨੁਕਸ ਕੀ ਆ ਨੁਕਸ ਅੱਜ ਤੱਕ ਨਹੀਂ ਦੱਸ ਸਕੇ ਜੀ ਅਮਰਜੀਤ ਗਰੇਵਾਲ ਨੂੰ ਸੱਦ ਲਿਆ ਤੇਰੀ ਕਿਤਾਬ 'ਚ ਨੁਕਸ ਹੈ ਉਹਨੇ ਆਖਿਆ ਗੋਸ਼ਟੀ ਕਰੋ ਸਾਰਾ ਦਿਨ ਲੱਗੇ ਰਹੇ ਮੱਥਾ ਮਾਰਦੇ ਰਹੇ ਨਾ ਹਾਂ ਨਾ ਗੋਸ਼ਟੀ ਦੇ ਕੋਈ ਨਹੀਂ ਦੱਸ ਸਕੇ ਇਹ ਜਿਹੜੇ ਲੋਕ ਕੱਖ ਨਹੀਂ ਜਾਣਦੇ ਉਹ ਗਿਆਨ ਦੇ ਗਲ 'ਚ ਰੱਸਾ ਪਾਉਂਦੇ ਹੁਣ ਇੱਕ ਫਿਲਮ ਬਣੀ ਹੈ ਜੀ ਉਹਦੇ ਉੱਤੇ ਕਿਸੇ ਨੇ ਕਹਿਤਾ ਕਿ ਇਹ ਸਿੱਖ ਦੀਆਂ ਰੀਤਾਂ ਦੇ ਖਿਲਾਫ਼ ਹੈ ਫਿਰ ਉਹ ਇੱਥੇ ਆਇਆ ਗੱਲਬਾਤ ਹੋ ਗਈ ਉਸ ਗੱਲਬਾਤ ਤੋਂ ਬਾਅਦ ਉਹਨੇ ਚਿੱਠੀਆਂ ਜਾਰੀ ਕਰਤੀਆਂ ਕਿ ਤੂੰ ਆਪਣੀ ਫਿਲਮ ਚਲਾ ਲਿਆ ਕੋਈ ਗੱਲ ਹੀ ਨਹੀਂ ਜਦੋਂ ਉਹਨੇ ਫਿਲਮ ਚਲਾ ਲਈ ਇੱਥੇ ਪੰਜਾਬ 'ਚ ਰੌਲਾ ਪਾ ਦਿੱਤਾ ਤਾਂ ਚੱਲਣ ਨਹੀਂ ਦੇਣੀ ਇੱਥੇ ਚੱਲਣ ਨਹੀਂ ਦਿੱਤੀ ਦੁਨੀਆ 'ਚ ਚੱਲ ਗਈ ਜੀ ਪੰਜਾਬ 'ਚ ਰਿਲੀਜ਼ ਕਰਨੀ ਸੀ ਇੱਥੇ ਫਿਰ ਸ਼੍ਰੋਮਣੀ ਕਮੇਟੀ 'ਚ ਰੌਲਾ ਪੈ ਗਿਆ ਇਹ ਤਾਂ ਜੀ ਫਿਲਮ ਬੜੀ ਮਾੜੀ ਆ ਇਹ ਤਾਂ ਸਿੱਖ ਧਰਮ ਦੀਆਂ ਰੀਤਾਂ ਦੇ ਖਿਲਾਫ਼ ਆ ਪਰ ਸਰ ਇਹਦੇ ਵਿੱਚ ਹੈ ਕਿ ਜਿਸ ਕਰਕੇ ਵਿਵਾਦ ਵੱਧਦਾ ਜਾ ਰਿਹਾ ਕਹਿੰਦੇ ਆ ਜੀ ਗੁਰੂ ਸਾਹਿਬਾਨ ਨਹੀਂ ਪਰ ਗੁਰੂ ਪਰਿਵਾਰ ਦੇ ਕੁਛ ਲੋਕਾਂ ਦੇ ਰੋਲ ਬੰਦਿਆਂ ਤੋਂ ਕਰਾਏ ਆ ਜਿਹਦੀ ਮਨਾਹੀ ਆ ਹੁਣ ਕਿਹੜੀ ਗੱਲ ਦੀ ਮਨਾਹੀ ਆ ਕਿਹੜੀ ਨਹੀਂ ਇੱਕ ਵਾਰੀ ਤੁਸੀਂ ਫੈਸਲਾ ਪੱਕਾ ਕਰ ਲਓ ਲੋਕਾਂ ਨੂੰ ਵੀ ਪਤਾ ਲੱਗ ਜੇ ਇਹਨਾਂ ਨੇ ਇੱਕ ਕਮੇਟੀ ਬਣਾਤੀ ਰਿਵਿਊ ਵਾਸਤੇ ਕਮੇਟੀ ਨੇ ਉਹਦੇ 31 ਨੁਕਸ ਕੱਢ ਦਿੱਤੇ ਉਹਨੇ 31 ਨੁਕਸ ਦੂਰ ਕਰ ਦਿੱਤੇ ਕਮੇਟੀ ਨੇ ਆਖਿਆ ਜੀ ਹੁਣ ਅਸੀਂ ਰਿਪੋਰਟ ਦੇ ਦਿੰਦੇ ਹਾਂ ਕਿ ਤੇਰੀ ਫਿਲਮ ਚੱਲੂ ਜੀ ਜਦੋਂ ਕਮੇਟੀ ਅੰਮ੍ਰਿਤਸਰ ਚੱਲੀ ਤਾਂ ਰਿਪੋਰਟ ਬਣਾਉਣ ਲੱਗੀ ਅਤੇ ਉਹਨਾਂ ਨੂੰ ਪਤਾ ਲੱਗਾ ਰਿਪੋਰਟ ਦੀ ਤੁਹਾਡੀ ਲੋੜ ਹੀ ਕੋਈ ਨਹੀਂ ਅਕਾਲ ਤਖਤ ਦੇ ਜਥੇਦਾਰ ਨੇ ਤੁਹਾਡੇ ਤੋਂ ਪਹਿਲਾਂ ਹੀ ਚਿੱਠੀ ਉਹਨੂੰ ਜਾਰੀ ਕਰਤੀ ਆ ਵੀ ਚਲਾ ਲਾ ਆਪਣਾ ਬਹੁਤ ਵਧੀਆ ਜਥੇਦਾਰ ਕਟਹਿਰੇ 'ਚ ਖਲੋਤਾ ਉਹ ਕਹਿੰਦਾ ਮੈਂ ਚਿੱਠੀ ਜਾਰੀ ਨਹੀਂ ਕੀਤੀ ਮੈਂ ਤਾਂ ਇਹ ਚਿੱਠੀ ਜਾਰੀ ਕੀਤੀ ਆ ਕਿ ਤੁਸੀਂ ਸਿੱਖੀ ਦੀ ਬੜੀ ਸੇਵਾ ਕਰ ਰਹੇ ਹੋ ਉਹ ਕਹਿੰਦੇ ਬਣਾਈ ਤਾਂ ਉਹਨੇ ਫਿਲਮ ਹੈ ਫਿਲਮ ਤੁਸੀਂ ਕਹਿੰਦੇ ਠੀਕ ਨਹੀਂ ਬਣੀ ਅਤੇ ਸਿੱਖੀ ਦੀ ਕਿਹੜੇ ਸੇਵਾ ਕੀਤੀ ਹੈ ਇਹਦਾ ਮਤਲਬ ਕਿ ਚਿੱਠੀਆਂ ਲੈਣ ਦੇਣ ਪਤਾ ਨਹੀਂ ਕੀ ਕੁਛ ਪਰਦੇ ਪਿੱਛੇ ਹੋ ਜਾਂਦਾ ਇਹ ਡਰਾਮਾ ਜਿਹਾ ਕੀ ਚੱਲਦਾ ਪਿਆ ਜੀ ਹੁਣ ਸ਼੍ਰੋਮਣੀ ਕਮੇਟੀ ਨੇ ਇੱਕ ਫਿਰ ਕਮੇਟੀ ਬਣਾਤੀ ਹੈ ਜਿਹੜੀ ਇਹੋ ਜਿਹੇ ਮਾਮਲਿਆਂ ਦੇ ਉੱਤੇ ਪੜਤਾਲ ਕਰੇਗੀ ਅੱਗੋਂ ਕਹਿੰਦੇ ਅਸੀਂ ਇੱਕ ਸੈਂਸਰ ਬੋਰਡ ਬਣਾਉਣਾ ਜੀ ਬਣਾ ਲਓ ਸੈਂਸਰ ਬੋਰਡ ਲਿਆਓ ਪਹਿਲਾਂ ਪੜਤਾਲ ਕਰਾਉਣੀ ਸ਼ੁਰੂ ਕਰਾਈਏ ਸਭ ਤੋਂ ਪਹਿਲਾਂ ਤਾਂ ਉਸ ਸੈਂਸਰ ਬੋਰਡ ਨੂੰ ਇਹ ਆਖਣਾ ਚਾਹੀਦਾ ਕਿ ਪੜਤਾਲ ਕਰੋ ਕਿ ਅੰਮ੍ਰਿਤਸਰ ਬੈਠੇ 5 ਸਿੰਘ ਸਾਹਿਬਾਨ ਨੇ ਡੇਰਾ ਸੱਚਾ ਸੌਦਾ ਸਿਰਸਾ ਵਾਲੇ ਬਾਬੇ ਨੂੰ ਮਾਫ਼ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਸੀ ਕਿ ਉਹਦਾ ਮਾਫ਼ੀਨਾਮਾ ਆਇਆ ਜੀ ਅਤੇ ਉਹਨੇ ਅਗਲੇ ਦਿਨ ਪ੍ਰੈਸ ਦੇ ਸਾਹਮਣੇ ਮਜ਼ਾਕ ਉਡਾਇਆ ਸੀ ਕਿ ਮੈਂ ਤਾਂ ਮਾਫ਼ੀਨਾਮਾ ਭੇਜਿਆ ਹੀ ਨਹੀਂ ਇਹਨਾਂ ਮੈਨੂੰ ਮਾਫ਼ ਕਿੱਦਾਂ ਕਰਤਾ ਪਹਿਲਾਂ ਇਸ ਗੱਲ ਦੀ ਪੜਤਾਲ ਕਰਾਓ ਕਿ ਉਹ ਮਾਫ਼ੀਨਾਮਾ ਕਿੱਥੋਂ ਆਇਆ ਸੀ ਜੀ ਅਤੇ ਉਹਦੇ ਵਿੱਚ ਇਹ ਵੀ ਪੁੱਛ ਲਓ ਕਿ ਇਹਨਾਂ ਤੋਂ ਕਿਹੜੇ ਸਿਆਸੀ ਬੰਦਿਆਂ ਕਰਾਇਆ ਸੀ ਅਤੇ ਜਥੇਦਾਰ ਜਿਹੜੇ ਸੀ ਇਹ ਕਿੰਨੇ ਕੁ ਚੰਗੇ ਸੀ ਜਿਨ੍ਹਾਂ ਨੇ ਪਹਿਲਾਂ ਮਾਫ਼ੀਨਾਮਾ ਜਾਰੀ ਕਰਤਾ ਅਤੇ 20 ਦਿਨਾਂ ਬਾਅਦ ਮੁੜ ਕੇ ਆਖਿਆ ਕਿ ਇਹ ਤਾਂ ਜੀ ਮਾਫ਼ੀਨਾਮਾ ਗਲਤ ਜਾਰੀ ਹੋ ਗਿਆ ਅਸੀਂ ਵਾਪਸ ਲੈਂਦੇ ਹਾਂ ਜੀ ਸੈਂਸਰ ਬੋਰਡ ਨੂੰ ਆਖੋ ਪੜਤਾਲ ਕਰੇ ਵੀ ਇਹ ਮਾਫ਼ੀਨਾਮਾ ਜਾਰੀ ਕਿੱਦਾਂ ਹੋਇਆ ਸੀ ਇਹਦੇ ਪਿੱਛੇ ਕੋਈ ਲੈਣ ਦੇਣ ਤਾਂ ਨਹੀਂ ਹੋਇਆ ਇਹ ਸਾਰੀਆਂ ਗੱਲਾਂ ਪਤਾ ਲੱਗਣੀਆਂ ਚਾਹੀਦੀਆਂ ਜੀ ਇਹਨਾਂ ਜੇ ਸੈਂਸਰ ਬੋਰਡ ਹੀ ਬਣਾਉਣਾ ਅਤੇ ਕਰਾ ਲੈਣ ਪੜਤਾਲ ਜਦੋਂ ਖਾਲਸੇ ਦਾ 300 ਸਾਲਾ ਮਨਾਇਆ ਗਿਆ
ਉਦੋਂ ਸਿੱਖ ਪੰਥ ਦੀਆਂ 300 ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਜੀ। ਉਹਨਾਂ 300 ਕਿਤਾਬਾਂ ਦੇ ਵਿੱਚ ਇੱਕ ਕਿਤਾਬ ਹਿੰਦੀ ਵਿੱਚ ਸੀ ਸਿੱਖ ਇਤਿਹਾਸ। 1882 'ਚ ਹਿਸਟਰੀ ਆਫ ਪੰਜਾਬ ਮੁਸਲਮਾਨ ਲੇਖਕ ਲਤੀਫ ਨੇ ਲਿਖੀ ਸੀ ਅਤੇ ਅੰਗਰੇਜ਼ਾਂ ਦੇ ਕਹਿਣ 'ਤੇ ਲਿਖੀ ਸੀ। ਉਸ ਹਿਸਟਰੀ ਆਫ ਪੰਜਾਬ ਦੇ ਵਿੱਚ 6ਵੇਂ ਗੁਰੂ ਸਾਹਿਬ ਦੇ ਖਿਲਾਫ਼ ਵੀ 9ਵੇਂ ਗੁਰੂ ਸਾਹਿਬ ਦੇ ਖਿਲਾਫ਼ ਵੀ ਇਹੋ ਜਿਹੀਆਂ ਗੱਲਾਂ ਲਿਖੀਆਂ ਜਿਹੜੀਆਂ ਮੇਰੇ ਵਰਗਾ ਬੰਦਾ ਮੂੰਹ 'ਤੇ ਨਹੀਂ ਲਿਆ ਸਕਦਾ, ਸਾਨੂੰ ਸ਼ਰਮ ਆਉਂਦੀ ਕਿ ਕੁਝ ਉਹਦਾ ਗੰਦ ਲਿਖਿਆ। ਉਹ ਜਿਹੜੀ ਲਤੀਫ ਦੀ ਕਿਤਾਬ ਸੀ ਉਹ 90 ਨੇ ਨਕਲ ਮਾਰ ਕੇ ਕਿਸੇ ਨੇ ਅਤੇ ਹਿੰਦੀ 'ਚ ਛਾਪ ਦਿੱਤੀ, ਅਤੇ ਸ਼੍ਰੋਮਣੀ ਕਮੇਟੀ ਨੇ ਜਦੋਂ 300 ਸਾਲਾਂ ਕਰਨਾ ਸੀ ਅਤੇ 300 ਕਿਤਾਬਾਂ ਛਾਪਣੀਆਂ ਸੀ, ਉਹਨਾਂ 300 ਦੇ ਵਿੱਚ ਇਹ ਵੀ ਕਿਤਾਬ ਚੁੱਕ ਕੇ ਪਾਤੀ। ਕਿਆ ਕਰ ਲਓ, ਜਦੋਂ ਉਹ ਕਿਤਾਬ ਛਪ ਗਈ ਅਤੇ ਰੌਲਾ ਪੈ ਗਿਆ ਕਿ ਸ਼੍ਰੋਮਣੀ ਕਮੇਟੀ ਨੇ ਕਿਤਾਬ ਛਾਪੀ ਹੈ, ਸ਼੍ਰੋਮਣੀ ਕਮੇਟੀ ਕਿਤਾਬ ਰਿਲੀਜ਼ ਕਰਦੀ ਪਈ ਹੈ ਔਰ ਗੁਰੂ ਸਾਹਿਬ ਦੇ ਖਿਲਾਫ਼ ਆ ਕੁਝ ਗੰਦ ਵਿੱਚ ਉਹਦੇ ਲਿਖਿਆ, ਇਹ ਕੀ ਹੈ? ਮੁੜ ਕੇ ਕਹਿੰਦੇ ਜੀ ਦੀ ਪੜਤਾਲ ਕਰਾਵਾਂਗੇ। ਪੜਤਾਲ ਕਰਾਉਣੀ ਸ਼ੁਰੂ ਕੀਤੀ ਅਤੇ ਸ਼੍ਰੋਮਣੀ ਕਮੇਟੀ 'ਚੋਂ ਉਸ ਕਿਤਾਬ ਦੀ ਫਾਈਲ ਹੀ ਗੁੰਮ ਹੋ ਗਈ। ਇਹ ਪਤਾ ਹੀ ਨਹੀਂ ਲੱਗਦਾ ਉਹ ਕਿਤਾਬ ਲਿਖੀ ਕਿਹਨੇ, ਲਿਖਾਈ ਕਿਹਨੇ, ਮਨਜ਼ੂਰੀ ਕਿਹਨੇ ਦਿੱਤੀ, ਉਹਦੇ ਪੈਸੇ ਕਿਹਨੇ ਪੇ ਕੀਤੇ, ਇਹ ਹੀ ਨਹੀਂ ਲੱਭਾ। ਸੈਂਸਰ ਬੋਰਡ ਨੂੰ ਆਖੋ ਪਹਿਲਾਂ ਇਹ ਪੜਤਾਲ ਕਰ ਲਵੇ ਕਿ ਉਹ 300 ਸਾਲਾਂ ਦੇ ਉੱਤੇ 300 ਕਿਤਾਬਾਂ ਦੇ ਵਿੱਚੋਂ ਉਹ ਜਿਹੜੀ ਹਿੰਦੀ ਦਾ ਸਿੱਖ ਇਤਿਹਾਸ ਸੀ ਉਹ ਕਿਹਨੇ ਲਿਖੀ ਸੀ, ਕਿੱਥੇ ਪਾਤੀ ਸੀ ਜੀ। ਹੁਣ ਆ ਜਾਓ ਇਸ ਫਿਲਮ 'ਤੇ, ਇਹਨੂੰ ਚਿੱਠੀ ਕਿੱਦਾਂ ਜਾਰੀ ਕੀਤੀ ਗਈ, ਇਹਦੇ ਬਾਰੇ ਜਿਹੜੀ ਕਮੇਟੀ ਗਈ ਉਹਨੇ ਕੀ ਪੜਤਾਲ ਕੀਤੀ, ਉਹਦਾ ਕੀ ਸਿੱਟਾ ਨਿਕਲਿਆ? ਕੁਛ ਵੀ ਨਹੀਂ। ਫਿਰ ਜਦੋਂ ਇਹ ਕਹਿਤਾ ਕਿ ਇਹਦੇ ਉੱਤੇ ਮਤਭੇਦ ਨੇ, ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੇ ਇਹ ਬਿਆਨ ਦਿੱਤਾ ਕਿ ਕੋਈ ਮਤਭੇਦ ਨਹੀਂ, ਪੜਤਾਲ ਕਰਕੇ ਰਿਪੋਰਟ ਦਿੱਤੀ ਜਾ ਸਕਦੀ, ਇਸ ਕਰਕੇ ਫਿਲਮ ਚੱਲੇਗੀ, ਅਤੇ ਅਗਲੇ ਦਿਨ ਉਸੇ ਅਧਿਕਾਰੀ ਨੇ ਇਹ ਆਖਿਆ ਕਿ ਇਹਦੇ ਉੱਤੇ ਸਿੱਖ ਜਗਤ ਨੂੰ ਇਤਰਾਜ਼ ਆ ਜੀ, ਫਿਲਮ ਨਹੀਂ ਚੱਲੇਗੀ, ਸੈਂਸਰ ਬੋਰਡ ਨੂੰ ਆਖੋ ਪੜਤਾਲ ਕਰੇ ਕਿ ਸ਼੍ਰੋਮਣੀ ਕਮੇਟੀ ਦੇ ਉਸ ਅਧਿਕਾਰੀ ਨੇ ਇੱਕ ਦਿਨ ਪਹਿਲਾਂ ਇਹ ਕਿਉਂ ਆਖਿਆ ਕਿ ਚੱਲੇਗੀ ਅਤੇ 24 ਘੰਟਿਆਂ ਬਾਅਦ ਇਹ ਕਿਉਂ ਆਖਿਆ ਨਹੀਂ ਚੱਲੇਗੀ? ਇਹ ਕੀ ਤਮਾਸ਼ਾ ਹੈ? ਸ਼੍ਰੋਮਣੀ ਕਮੇਟੀ ਦੇ ਵਿਚਾਰ ਘੜੀ ਦੇ ਪੈਂਡਲਮ ਵਾਂਗ ਬਦਲਦੇ ਨੇ, ਕਦੇ ਉੱਧਰ ਕਦੇ ਉੱਧਰ। ਫਿਰ ਇੱਕ ਹੋਰ ਕਮੇਟੀ ਬਣਾ ਕੇ ਕਹਿਤਾ ਉਹਨੂੰ ਆ ਕੇ ਪੇਸ਼ ਹੋ, ਉਹ ਕਹਿੰਦੇ ਜੀ ਤੁਸੀਂ ਤਾਂ ਤਮਾਸ਼ਾ ਬਣਾਇਆ, ਕਦੇ ਸੱਦ ਲਿਆ ਕਦੇ ਮੋੜਤਾ, ਮੈਂ ਨਹੀਂ ਆ ਕੇ ਪੇਸ਼ ਹੁੰਦਾ। ਜਦੋਂ ਉਹ ਫਿਰ ਸਿੱਧਾ ਸੁਪਰੀਮ ਕੋਰਟ ਚਲਾ ਗਿਆ, ਸੁਪਰੀਮ ਕੋਰਟ ਨੇ ਆਖਿਆ ਜੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਆ, ਤੁਸੀਂ ਇਸ ਫਿਲਮ ਨੂੰ ਨਹੀਂ ਰੋਕ ਸਕਦੇ ਜੀ। ਹੁਣ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਜੀ ਅਸੀਂ ਇਹਦੇ ਖਿਲਾਫ਼ ਰਿਵਿਊ ਪਟੀਸ਼ਨ ਦਾਇਰ ਕਰਨ ਵਾਸਤੇ ਸੁਪਰੀਮ ਕੋਰਟ ਜਾਵਾਂਗੇ। ਜਿਹੜੀ ਰਿਵਿਊ ਪਟੀਸ਼ਨ ਹੁਣ ਜੋ ਦਾਇਰ ਕਰਨੀ ਆ ਜੀ, ਸ਼੍ਰੋਮਣੀ ਕਮੇਟੀ ਦੇ ਉੱਥੇ ਕਿੰਨੇ ਸਾਰੇ ਵਕੀਲ ਤੁਰੇ ਫਿਰਦੇ ਆ ਦਿੱਲੀ 'ਚ, ਜਦੋਂ ਸੁਪਰੀਮ ਕੋਰਟ 'ਚ ਕੇਸ ਲੱਗਾ ਸੀ ਉਦੋਂ ਕਿਉਂ ਨਾ ਸ਼੍ਰੋਮਣੀ ਕਮੇਟੀ ਦੇ ਵਕੀਲ ਉੱਥੇ ਗਏ? ਇਹ ਸ਼੍ਰੋਮਣੀ ਕਮੇਟੀ ਕਿੱਦਾਂ ਦੀ ਹੈ? ਸ਼੍ਰੋਮਣੀ ਕਮੇਟੀ ਨੂੰ ਤਾਂ ਇਸ ਗੱਲ ਦਾ ਵੀ ਜਵਾਬ ਦੇਣਾ ਚਾਹੀਦਾ ਕਿ ਸਹਿਜਧਾਰੀਆਂ ਦੇ ਖਿਲਾਫ਼ ਇਹਨਾਂ ਨੇ ਕੇਸ ਲੜਿਆ ਸੀ, ਅਤੇ ਹਾਈਕੋਰਟ ਦੇ ਜੱਜ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ ਦੇ ਵਕੀਲ ਨੂੰ ਪੁੱਛਿਆ ਕਿ ਸਹਿਜਧਾਰੀ ਕੌਣ ਹੁੰਦਾ? ਉਹ ਕਹਿੰਦਾ ਜੀ ਸਹਿਜਧਾਰੀ ਕੋਈ ਨਹੀਂ ਹੁੰਦਾ, ਪਤਤ ਸਿੱਖ ਹੁੰਦੇ ਆ। ਇਹ ਪਤਤ ਸਿੱਖ ਕੌਣ ਹੁੰਦੇ ਆ? ਕਹਿੰਦਾ ਜਿਹੜੇ ਸਿੱਖਾਂ ਦੇ ਘਰ ਜੰਮ ਕੇ ਦਾੜੀ ਮੁੱਛਾਂ ਵਾਲ ਕਟਾ ਲਏ। ਅਤੇ ਜੱਜ ਸਾਹਿਬਾਨ ਨੇ ਸਾਹਮਣੇ ਖੜ੍ਹੇ ਵਕੀਲ ਨੂੰ ਆਖਿਆ ਕਿ ਦਾੜੀ ਮੁੱਛਾਂ ਤੁਹਾਡੇ ਠੀਕ ਠਾਕ ਹੈ? ਇਹ ਨਹੀਂ ਜੀ। ਕਹਿੰਦਾ ਫਿਰ ਤੁਸੀਂ ਸਿੱਖ ਹੋ, ਸਹਿਜਧਾਰੀ ਸਿੱਖ ਹੋ ਕਿ ਪਤਤ ਸਿੱਖ ਹੋ? ਅਤੇ ਹੱਸ ਕੇ ਕਹਿੰਦਾ ਜੀ ਮੈਂ ਤਾਂ ਪਤਤ ਸਿੱਖ ਹਾਂ। ਅਤੇ ਉੱਥੇ ਉਸੇ ਵੇਲੇ ਰੌਲਾ ਪੈ ਗਿਆ ਕਿ ਸ਼੍ਰੋਮਣੀ ਕਮੇਟੀ ਪਤਤ ਸਿੱਖਾਂ ਅਤੇ ਸਹਿਜਧਾਰੀਆਂ ਦੇ ਖਿਲਾਫ਼ ਕੇਸ ਲੜਦੀ ਹੈ, ਅਤੇ ਐਡੀ ਵੱਡੀ ਸ਼੍ਰੋਮਣੀ ਕਮੇਟੀ ਨੂੰ ਇੱਕ ਮਤਲਬ ਸਿੱਖ ਪੂਰਾ ਜਿਹੜਾ ਵਕੀਲ ਸੀ ਉਹ ਨਹੀਂ ਲੱਭਾ, ਕੇਸ ਲੜਨ ਵਾਸਤੇ ਪਤਤ ਸਿੱਖ ਨੂੰ ਅੱਗੇ ਲਾਉਂਦੇ ਪਏ ਜੀ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਨੇ ਜੋ ਡਰਾਮਾ ਜਿਹਾ ਬਣਾਇਆ ਪਿਆ, ਜਿਸ ਤਰ੍ਹਾਂ ਗੋਲਕਾਂ ਦੀ ਦੁਰਵਰਤੋਂ ਹੁੰਦੀ ਆ, ਹੁਣ ਤਾਂ ਇਹ ਵੀ ਰੌਲਾ ਪੈਣ ਲੱਗ ਪਿਆ ਕਿ ਮਰਗ ਦੇ ਭੋਗਾਂ ਦੇ ਉੱਤੇ ਵੀ ਗੁਰੂ ਕਾ ਲੰਗਰ ਜਾਣ ਲੱਗ ਪਿਆ ਜੀ। ਵਿਧਾਨ ਸਭਾ 'ਚ ਇਹ ਗੱਲ ਆਖੀ ਗਈ ਹੈ ਕਿ ਮਰਗ ਦੇ ਭੋਗ 'ਤੇ ਗੁਰੂ ਕਾ ਲੰਗਰ ਗਿਆ। ਜੇ ਇਹੋ ਜਿਹੀਆਂ ਗੱਲਾਂ ਨੇ, ਇਹ ਗੱਲ ਇਕੱਲੇ ਨਾਨਕ ਸ਼ਾਹ ਫਕੀਰ ਦੀ ਨਹੀਂ, ਗੁਰੂ ਨਾਨਕ ਸਾਹਿਬ ਦੇ ਵਕਤ ਇਹ ਰੌਲਾ ਪਿਆ ਸੀ ਕਿ ਉਹ ਹਿੰਦੂਆਂ ਦਾ ਗੁਰੂ ਹੈ ਕਿ ਮੁਸਲਮਾਨਾਂ ਦਾ, ਅਤੇ ਉਦੋਂ ਲੋਕਾਂ 'ਚ ਮੁਹਾਵਰਾ ਬਣਿਆ ਸੀ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ, ਉਹ ਤਾਂ ਸਰਬ ਸਾਂਝੇ ਸੀ ਜੀ। ਪਰ ਆਹ ਜਿਹੜੇ ਆ ਇਹਨਾਂ ਨੂੰ ਨਾ ਗੁਰੂ ਸਾਹਿਬ ਦਾ ਪਤਾ, ਨਾ ਇਹਨਾਂ ਨੂੰ ਸਿਧਾਂਤ ਦਾ ਪਤਾ, ਗੁਰੂ ਵੱਲ ਪੇਠਿਆ, ਗੋਲਕਾਂ ਵੱਲ ਮੂੰਹ ਕੀਤਾ, ਨਿੱਕੀਆਂ ਨਿੱਕੀਆਂ ਗੱਲਾਂ ਤੋਂ ਝਗੜੇ ਇੰਨੇ ਵਧਾਈ ਜਾਂਦੇ ਆ ਕਿ ਜੇ ਇਹਨਾਂ ਨੇ ਘਰ ਸੰਭਾਲਿਆ ਨਾ ਤਾਂ ਸਿੱਖਾਂ 'ਚ ਹੋਰ ਉਲਝਣਾ ਪੈਦਾ ਕਰਨਗੇ, ਕਿਤਨਾ ਕਿਤੇ ਜਾ ਕੇ ਬ੍ਰੇਕ ਲੱਗਣੀ ਚਾਹੀਦੀ ਜੀ। ਪਰ ਸਭ ਸਵਾਲਾਂ ਜਵਾਬਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਵੇਲਾ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਜਦ ਵਾਪਸ ਆਵਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪਨੂ ਸਾਹਿਬ, ਜਨਰਲ ਕੈਟਾਗਰੀ ਦੇ ਲੋਕਾਂ ਦੇ ਲਈ ਕੱਲ੍ਹ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜ਼ਿਆਦਾ ਅਸਰ ਨਹੀਂ ਪੈ ਸਕਿਆ, ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਅਸਰ ਫਿੱਕਾ ਹੀ ਦਿਖਾਈ ਦਿੱਤਾ, ਇਹ ਸਭ ਕੁਝ ਕੀ ਹੋ ਰਿਹਾ? ਅਸਰ ਇਕੱਲਾ ਪੰਜਾਬ ਵਿੱਚ ਹੀ ਨਹੀਂ, ਬਾਕੀ ਥਾਵਾਂ 'ਤੇ ਵੀ ਬਹੁਤਾ ਨਹੀਂ ਪਿਆ ਜੀ। ਬੰਗਾਲ 'ਚ ਕਿਸੇ ਬੰਦ ਨਹੀਂ ਕੀਤਾ, ਕੇਰਲਾ 'ਚ ਨਹੀਂ ਹੋਇਆ, ਕਰਨਾਟਕਾ 'ਚ ਨਹੀਂ ਹੋਇਆ,
ਉੜੀਸਾ 'ਚ ਨਹੀਂ ਹੋਇਆ, ਤਾਮਿਲਨਾਡੂ 'ਚ ਨਹੀਂ ਹੋਇਆ, ਮਹਾਰਾਸ਼ਟਰ 'ਚ ਮਾਮੂਲੀ ਜਿਹਾ, ਗੁਜਰਾਤ ਵਿੱਚ ਕੋਈ ਖਾਸ ਨਹੀਂ। ਮੈਂ ਕਿੰਨੇ ਤੁਹਾਨੂੰ ਗਿਣਾ ਦਿਆਂ ਜੀ, ਅਸਰ ਕਿੱਥੇ ਹੋਇਆ? ਬਿਹਾਰ ਦੇ ਵਿੱਚ ਗਿਆ ਅਤੇ ਦੋ ਤਿੰਨ ਥਾਵਾਂ ਦੇ ਉੱਤੇ ਉਹਨਾਂ ਨੇ ਟ੍ਰੇਨਾਂ ਰੋਕੀਆਂ। ਐਡੇ ਵੱਡੇ ਬਿਹਾਰ ਦੇ ਵਿੱਚ ਦੋ ਜਾਂ ਤਿੰਨ ਸ਼ਹਿਰਾਂ 'ਚ ਜੀ, ਮੱਧ ਪ੍ਰਦੇਸ਼ ਬਹੁਤ ਵੱਡਾ ਰਾਜ ਹੈ, ਸਾਡੇ ਪੰਜਾਬ ਨਾਲ ਦੁੱਗਣੇ ਤੋਂ ਵੱਡਾ। ਉੱਥੇ ਸਿਰਫ ਦੋ ਜ਼ਿਲ੍ਹੇ ਆ, ਇੱਕ ਪਿੰਡ ਅਤੇ ਇੱਕ ਮੁਰੈਣਾ ਜੀ। ਉਹ ਦੋਵੇਂ ਜਿਹੜੇ ਸ਼ਹਿਰ ਆ ਸਾਡੇ ਹੁਸ਼ਿਆਰਪੁਰ ਅਤੇ ਕਪੂਰਥਲੇ ਜਿੱਡੇ ਆ, ਉਹਨਾਂ ਦੋ ਸ਼ਹਿਰਾਂ 'ਚ ਗੜਬੜ ਹੋਈ ਅਤੇ ਕਰਫਿਊ ਲਾਉਣਾ ਪਿਆ ਜੀ। ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਥਾਂ 'ਤੇ ਗੜਬੜ ਹੋਈ। ਉੱਤਰ ਪ੍ਰਦੇਸ਼ ਜਿਹੜਾ ਸਾਡੇ ਪੰਜਾਬ ਵਰਗੇ ਸੱਤ ਪੰਜਾਬਾਂ ਜਿੱਡਾ ਜੀ, ਉੱਥੇ ਇੱਕ ਦੋ ਸ਼ਹਿਰਾਂ 'ਚ ਗੜਬੜ ਹੋਈ, ਬਾਕੀ ਕਿਤੇ ਹੋਈ ਨਹੀਂ। ਪੰਜਾਬ ਵਿੱਚ ਕੀ ਹੋਇਆ? ਫਗਵਾੜੇ ਵਿੱਚ ਜਿਨ੍ਹਾਂ ਨੇ ਆਖਿਆ ਸੀ ਕਰਾਉਣਾ, ਉਹਨਾਂ ਬਾਰੇ ਪਹਿਲਾਂ ਤੋਂ ਇਹ ਮਸ਼ਹੂਰ ਆ ਕਿ ਪੁਲਿਸ ਵਾਲਿਆਂ ਨਾਲ ਅੱਖ ਮਿਲਾ ਕੇ ਕੰਮ ਕਰਦੇ ਹੁੰਦੇ ਜਿੰਨਾ ਕੁ ਕਰਨਾ ਹੋਵੇ। ਜਦੋਂ ਪੁਲਿਸ ਵਾਲਿਆਂ ਨੇ ਸੱਦ ਕੇ ਕਹਿ ਤਾਂ ਨਹੀਂ ਓਏ ਆਪਾਂ ਨਹੀਂ ਕਰਨਾ ਜੀ, ਅਤੇ ਉਹ ਕਹਿੰਦੇ ਨਹੀਂ ਕਰਦੇ ਜੀ, ਉਹ ਬੰਦੇ ਆ ਇਸ ਕੰਮ 'ਚ ਮਸ਼ਹੂਰ ਨੇ, ਉਹਨੇ ਕੀਤਾ ਹੀ ਨਹੀਂ। ਫਿਰੋਜ਼ਪੁਰ 'ਚ ਕਰਨ ਗਏ, ਇੱਕ ਦੋ ਥਾਵਾਂ 'ਤੇ ਦੁਕਾਨਾਂ ਬੰਦ ਕਰਾਉਣ ਲੱਗੇ, ਦੁਕਾਨਾਂ ਵਾਲਿਆਂ ਨੇ ਆਖਿਆ ਠਹਿਰ ਜਾਓ ਠਹਿਰ ਜਾਓ, ਇੰਨੇ 'ਚ ਰੌਲਾ ਪਾ ਤਾ, ਹਿੱਟ ਪਟਾ ਚੱਲ ਗਿਆ। ਪੁਲਿਸ ਆਈ, ਉਹ ਲਾਠੀਚਾਰਜ ਕਰਤਾ, ਭੱਜ ਗਏ। ਸਿਵਾਏ ਫਿਰੋਜ਼ਪੁਰ ਤੋਂ ਅਤੇ ਰਾਮਪੁਰੇ ਫੂਲ ਤੋਂ ਹੋਰ ਕਿਤੇ ਕੋਈ ਗੜਬੜ ਨਹੀਂ ਹੋਈ ਜੀ। ਰਾਮਪੁਰਾ ਫੂਲ ਜਰਾ ਵੱਡਾ ਤਹਿਸੀਲ ਵਾਲਾ ਸ਼ਹਿਰ ਆ, ਫਿਰੋਜ਼ਪੁਰ ਛੋਟਾ ਜ਼ਿਲ੍ਹੇ ਵਾਲਾ ਸ਼ਹਿਰ ਆ, ਲਗਭਗ ਨੇੜੇ ਨੇੜੇ ਦੀ ਆਬਾਦੀ ਆ। ਇਹਨਾਂ ਦੋ ਸ਼ਹਿਰਾਂ ਤੋਂ ਸਵਾਦ ਸਾਰੇ ਪੰਜਾਬ 'ਚ ਕਿਤੇ ਨਹੀਂ ਹੋਇਆ। ਗੱਲ ਇਹ ਨਹੀਂ ਕਿ ਬੰਦ ਹੋਇਆ ਕਿ ਨਹੀਂ, ਇਹਦੇ ਨਾਲ ਦੂਸਰੀ ਗੱਲ ਸੋਚਣ ਵਾਲੀ ਆ ਕਿ ਜਦੋਂ ਅੰਨਾ ਹਜ਼ਾਰੇ ਦੀ ਲਹਿਰ ਚੱਲੀ ਸੀ, ਉਦੋਂ ਇੱਕ ਲਫ਼ਜ਼ ਤੁਰ ਪਿਆ ਸੀ ਸੋਸ਼ਲ ਮੀਡੀਆ ਅਤੇ ਦੂਸਰਾ ਚੱਲ ਪਿਆ ਸੀ ਸਿਵਲ ਸੁਸਾਇਟੀ ਜੀ। ਅੱਜ ਕੱਲ੍ਹ ਹੁਣ ਉਸੇ ਫਾਰਮੂਲੇ ਨੂੰ ਵਰਤਿਆ ਜਾ ਰਿਹਾ। ਇੱਕ ਜਣਾ ਵਟਸਐਪ ਗਰੁੱਪ ਦੇ ਉੱਤੇ ਪਾ ਦਿੰਦਾ ਕਿ ਪਤਾ ਲੱਗਾ ਕਿ ਦਲਿਤਾਂ ਦੀ ਰਿਜ਼ਰਵੇਸ਼ਨ ਕੋਈ ਜਾ ਰਹੀ ਹੈ, ਇਸ ਕਰਕੇ ਆਪਾਂ ਬੰਦ ਕਰਨਾ ਜੀ। ਉਹ ਗਰੁੱਪੋ ਗਰੁੱਪ ਗਰੁੱਪੋ ਗਰੁੱਪ ਸਾਰੇ ਦੇਸ਼ ਦੇ ਵਿੱਚ ਗਰੁੱਪ ਫੈਲ ਜਾਂਦੇ। ਦਲਿਤਾਂ ਨੇ 2 ਅਪ੍ਰੈਲ ਨੂੰ ਬੰਦ ਕਰ ਲਿਆ। ਕਿਸੇ ਇੱਕ ਵੀ ਪਾਰਟੀ ਨੇ, ਇੱਕ ਵੀ ਜਥੇਬੰਦੀ ਨੇ ਉਹਦਾ ਸੱਦਾ ਨਹੀਂ ਸੀ ਦਿੱਤਾ। ਉਹਦੇ ਤੋਂ ਬਾਅਦ ਜਨਰਲ ਕੈਟੇਗਰੀ ਦੇ ਨਾਂ 'ਤੇ ਇੱਕ ਜਣੇ ਨੇ ਕਿਤੇ ਪਾ ਦਿੱਤਾ, ਪਤਾ ਨਹੀਂ ਕਿਹੜੇ ਗਰੁੱਪ 'ਚ ਪਾਇਆ ਜੀ। 1 ਤੋਂ 10 ਤੱਕ, 10 ਤੋਂ 100 ਤੱਕ, 100 ਤੋਂ 1000 ਤੱਕ, 1000 ਤੋਂ 1 ਲੱਖ ਤੱਕ, ਪਤਾ ਨਹੀਂ ਕਿੱਥੋਂ ਤੱਕ ਘੁੰਮ ਗਿਆ। ਸਾਰੇ ਦੇਸ਼ 'ਚ ਦਹਿਸ਼ਤ ਫੈਲ ਗਈ ਕਿ ਇੱਕ ਬੰਦ ਹੋਰ ਹੋਣ ਲੱਗਾ। ਜਦੋਂ ਦੁਬਾਰਾ ਦਹਿਸ਼ਤ ਫੈਲੀ, ਇੱਕ ਬੰਦ ਹੋਰ ਹੋਣ ਲੱਗਾ, ਲੋਕਾਂ ਨੇ ਆਮ ਤੌਰ 'ਤੇ ਦੁਕਾਨਾਂ ਬੰਦ ਰੱਖੀਆਂ, ਪਰ ਜਦੋਂ ਵੇਖਿਆ 10-11 ਵਜੇ ਤੱਕ ਕਿ ਬੰਦ ਕਰਾਉਣ ਵਾਲੇ ਨਹੀਂ ਗਏ, ਲੋਕਾਂ ਦੁਕਾਨਾਂ ਖੋਲ੍ਹ ਦਿੱਤੀਆਂ। ਅਤੇ ਖੁੱਲ੍ਹ ਵੀ ਜਾਣੀਆਂ ਚਾਹੀਦੀਆਂ, ਕਿੰਨੀ ਕੁ ਵਾਰੀ ਬੰਦ ਕਰੋਗੇ, ਇੱਕ ਹੱਦ ਹੁੰਦੀ ਹੈ। ਇੱਕ ਗੱਲ ਸਾਨੂੰ ਮੰਨ ਕੇ ਚੱਲਣੀ ਚਾਹੀਦੀ ਹੈ ਕਿ ਦਲਿਤਾਂ ਦੀ ਰਿਜ਼ਰਵੇਸ਼ਨ, ਦਲਿਤਾਂ ਦਾ ਰੋਸ ਕਈ ਗੱਲਾਂ 'ਚ ਜਾਇਜ਼ ਆ, ਜਾਤੀਆਂ ਨਾਲ ਹੁੰਦੀਆਂ ਨੇ। ਹੁਣ ਡਾਕਟਰ ਅੰਬੇਡਕਰ ਦਾ ਬੁੱਤ ਪਿਛਲੇ 1 ਮਹੀਨੇ 'ਚ 10-12 ਥਾਵਾਂ 'ਤੇ ਤੋੜਿਆ ਗਿਆ। ਕਿਸੇ ਦੂਸਰੀ ਪਾਰਟੀ ਦਾ ਤੋੜਿਆ ਹੁੰਦਾ, ਕਿਸੇ ਉੱਚ ਜਾਤੀ ਵਾਲਿਆਂ ਦਾ ਤੋੜਿਆ ਹੁੰਦਾ, ਅਤੇ ਹਾਲਾਤ ਸ਼ਾਂਤ ਰਹਿੰਦੇ। ਕਾਮਰੇਡਾਂ ਨੂੰ ਚੜਾਉਣ ਵਾਸਤੇ ਲੈਨਨ ਦਾ ਬੁੱਤ ਤੋੜਿਆ ਗਿਆ। ਜੇ RSS ਵਾਲਿਆਂ ਦੇ ਕਿਸੇ ਲੀਡਰ ਦਾ ਬੁੱਤ ਇੱਦਾਂ ਤੋੜਿਆ ਹੁੰਦਾ, ਚੁੱਪ ਰਹਿੰਦੇ। ਬੰਗਾਲ 'ਚ ਤੋੜਿਆ ਗਿਆ, ਅਗਲੇ ਦਿਨ ਭੜਕ ਉੱਠੇ ਸੀ, ਸਾਡੇ ਲੀਡਰ ਦਾ ਬੁੱਤ ਤੋੜਿਆ। ਇੱਕ ਥਾਂ ਦੇ ਉੱਤੇ ਡਾਕਟਰ ਅੰਬੇਡਕਰ ਦਾ ਬੁੱਤ ਤੋੜ ਦਿੱਤਾ ਗਿਆ ਜੀ। ਸਰਕਾਰ ਨੇ ਆਖਿਆ ਜੀ ਭੜਕਣ ਦੀ ਲੋੜ ਨਹੀਂ, ਅਸੀਂ ਬੁੱਤ ਨਵਾਂ ਲਾ ਦਿਆਂਗੇ। ਬੁੱਤ ਨਵਾਂ ਲਾ ਦਿੱਤਾ, ਉਹਨਾਂ ਨਵਾਂ ਬੁੱਤ ਲਾਇਆ, ਉਹਦੇ ਉੱਤੇ ਭਗਵਾ ਰੰਗ ਕਰ ਦਿੱਤਾ ਗਿਆ। ਇਸ ਕਰਕੇ ਕਿ RSS ਅਤੇ BJP ਨੂੰ ਅੱਜ ਕੱਲ੍ਹ ਭਗਵਾ ਰੰਗ ਪਸੰਦ ਜੀ। ਕਿੰਨੀਆਂ ਥਾਵਾਂ ਦੇ ਨਾਂ ਬਦਲ ਦਿੱਤੇ ਇਹਨਾਂ ਨੇ, ਇੱਦਾਂ ਹੀ ਕਰਨਾ। ਅਤੇ ਦਿੱਲੀ ਦੇ ਵਿੱਚ ਲਾਰਡ ਕਰਜਨ ਦੀ ਸਮਾਧੀ ਹੈਗੀ ਆ, ਹਿੰਦੁਸਤਾਨ 'ਤੇ ਰਾਜ ਕਰਦਾ ਰਿਹਾ ਸੀ, ਉਹਦੇ ਉੱਤੇ ਵੀ ਜਾ ਕੇ ਭਗਵਾ ਰੰਗ ਕਰ ਦਿਓ। ਇਹ ਕੋਈ ਤਰੀਕਾ ਥੋੜ੍ਹਾ, ਜੇ ਹੁਣ ਤੱਕ ਡਾਕਟਰ ਅੰਬੇਡਕਰ ਦੇ ਬੁੱਤ ਨੀਲੇ ਰੰਗ ਸੀਗੇ ਤਾਂ ਨੀਲਾ ਰੰਗ ਰਹਿਣ ਦਿਓ, ਉਹਦਾ ਜਿਹੜਾ ਰੰਗ ਸੀ ਉਹ ਰਹਿਣ ਦੇਣਾ ਚਾਹੀਦਾ, ਰੰਗ ਬਦਲਦਾ ਉਹਨਾਂ ਨੂੰ ਕਿਹਨੇ ਆਖ ਦਿੱਤਾ? ਜਦੋਂ ਪਬਲਿਕ ਭੜਕਣ ਲੱਗੀ, ਹੁਣ ਫਿਰ ਉਹ ਰੰਗ ਭਗਵੇਂ ਦੀ ਥਾਂ ਨੀਲਾ ਕੀਤਾ ਗਿਆ ਜੀ। ਦਲਿਤਾਂ ਨਾਲ ਜਾਤੀਆਂ ਹੁੰਦੀਆਂ ਨੇ, ਉਹਦੇ 'ਚ ਉਹਨਾਂ ਦਾ ਕੁਛ ਹੱਦ ਤੱਕ ਰੋਸ ਕਦੇ ਕਦੇ ਜਦੋਂ ਉੱਠਦਾ ਨਾ, ਉਹ ਸਮਝਣਾ ਚਾਹੀਦਾ। ਅਜੇ ਤੱਕ ਵੀ ਉਹਨਾਂ ਨੂੰ ਕਈਆਂ ਗੱਲਾਂ 'ਚ ਪਛੜੇ ਰੱਖਿਆ ਗਿਆ। ਜਨਰਲ ਕੈਟੇਗਰੀ ਵਾਲੇ ਕਹਿੰਦੇ ਜੀ ਉਹਨਾਂ ਨੂੰ ਰਿਜ਼ਰਵੇਸ਼ਨ ਦਾ ਕੋਟਾ ਦੇ ਕੇ
ਅਸੀਂ 90-95% ਨਾਲ ਸਿਲੈਕਟ ਹੁੰਦੇ ਹਾਂ, ਉਹ 35% ਨਾਲ ਸਿਲੈਕਟ ਹੋ ਜਾਂਦੇ ਆ। ਠੀਕ ਆ, ਸਿਲੈਕਟ ਹੋ ਜਾਂਦੇ, ਪਰ ਟ੍ਰੇਨਿੰਗ ਤਾਂ ਇਕੱਠੀ ਕਰਦੇ ਜੀ। ਟ੍ਰੇਨਿੰਗ ਤੋਂ ਬਾਅਦ ਜਦੋਂ ਪਾਸ ਹੋਣਾ, ਕਦੇ ਪਾਸ ਮਾਰਕਸ ਉਸ ਪਰਸੈਂਟੇਜ ਵਿੱਚ ਵੀ ਕੋਈ ਛੋਟ ਦਿੱਤੀ ਗਈ ਹੈ, ਕਿੰਨੇ ਪਰਸੈਂਟ ਨਹੀਂ, ਉੱਥੇ ਤਾਂ ਫਿਰ ਉਹ ਰੱਖਿਆ ਜਾਂਦਾ ਜਿਹੜਾ ਪਾਸ ਹੋਵੇ, ਦੂਜਾ ਨਹੀਂ ਰੱਖਿਆ ਜਾਂਦਾ ਜੀ। ਉਹ ਕੋਰਸ 'ਤੇ ਅਪਰ ਕਲਾਸ ਨੂੰ ਵੀ, ਕਾਸਟ ਨੂੰ ਵੀ, ਅਤੇ ਦਲਿਤ ਨੂੰ ਵੀ, ਦੋਵਾਂ ਨੂੰ ਬਰਾਬਰ ਕਰਨਾ ਪੈਂਦਾ। ਅੱਗੋਂ ਜਦੋਂ ਤਰੱਕੀਆਂ ਹੁੰਦੀਆਂ ਨੇ ਮਹਿਕਮੇ ਜਾ ਕੇ, ਉੱਪਰ ਪੋਸਟਾਂ ਭਾਵੇਂ ਖਾਲੀ ਵੀ ਹੋਣ ਦਲਿਤਾਂ ਦੇ ਹਿੱਸੇ ਦੀਆਂ, ਕਦੇ ਦਲਿਤਾਂ ਨੂੰ ਆਊਟ ਆਫ ਟਰਨ ਪ੍ਰਮੋਸ਼ਨ ਨਹੀਂ ਦਿੱਤੀ ਜਾ ਰਹੀ ਜੀ। ਇਹਦਾ ਨਤੀਜਾ ਕੀ ਨਿਕਲਦਾ? ਇੱਕ ਤਾਂ ਦਲਿਤ ਆਮ ਤੌਰ 'ਤੇ ਦੱਬੇ ਕੁਚਲੇ ਹੋਣ ਕਰਕੇ ਥੋੜ੍ਹਾ ਜਿਹਾ ਲੇਟ ਭਰਤੀ ਹੁੰਦੇ ਆ, 3-4 ਸਾਲ ਦਾ ਫਰਕ ਹੁੰਦਾ। ਲੇਟ ਭਰਤੀ ਹੋਣ ਕਰਕੇ ਫਿਰ ਉਹਨਾਂ ਦੀ ਰਿਟਾਇਰਮੈਂਟ ਪਹਿਲਾਂ ਆ ਜਾਂਦੀ ਹੈ ਜੀ, ਅਤੇ ਨਤੀਜਾ ਇਹ ਨਿਕਲਦਾ ਕਿ ਉਹ ਇੱਕ ਇੱਕ ਕਰਕੇ ਵੇਲੇ ਸਿਰ ਰਿਟਾਇਰ ਹੁੰਦੇ ਜਾਂਦੇ ਆ। ਦੂਸਰੇ ਥੋੜ੍ਹੇ ਜਿਹੇ ਛੋਟੀ ਉਮਰ 'ਚ ਆਏ ਹੁੰਦੇ ਸਿਲੈਕਟ ਹੋ ਕੇ, ਜਦੋਂ ਉੱਪਰਲੀਆਂ ਪੋਸਟਾਂ ਤੱਕ ਜਾਂਦੇ ਆ ਅਤੇ ਦਲਿਤ ਆਮ ਕਰਕੇ ਰਿਟਾਇਰ ਹੋ ਜਾਂਦੇ ਆ। ਮੈਂ ਕੱਲ੍ਹ ਹੀ ਵੇਖਦਾ ਪਿਆ ਸਾ ਪੰਜਾਬ ਸਰਕਾਰ ਦੇ ਇੱਕ ਮਹਿਕਮੇ ਦੀ ਜਿਹੜੀ ਉੱਪਰਲੀ ਲਿਸਟ ਹੈ, ਸੀਨੀਓਰਟੀ ਲਿਸਟ ਜੀ, ਉੱਪਰਲੇ 20 ਦੇ ਵਿੱਚ ਸਿਰਫ 3 ਦਲਿਤ ਨੇ, 17 ਅਪਰ ਕਾਸਟ ਨੇ ਜੀ। ਉਹ 3 ਕਿਉਂ ਨੇ? ਇਸ ਕਰਕੇ ਕਿ ਉਹਨਾਂ 3 ਚੋਂ ਵੀ ਇੱਕ ਅਗਲੇ ਮਹੀਨੇ ਰਿਟਾਇਰ ਹੋ ਰਿਹਾ। ਉਹ ਇਸ ਕਰਕੇ ਕਿ ਉਹ ਲੇਟ ਭਰਤੀ ਹੁੰਦੇ ਆ ਅਤੇ ਉੱਤੋਂ ਤੱਕ ਜਾਂਦਿਆਂ ਜਾਂਦਿਆਂ ਪਹਿਲਾਂ ਰਿਟਾਇਰ ਹੋ ਜਾਂਦੇ ਆ, ਅਤੇ ਦੂਸਰੇ ਕਿਉਂਕਿ ਛੋਟੀ ਉਮਰ 'ਚ ਭਰਤੀ ਹੁੰਦੇ ਆ, ਉਸ ਜਾ ਕੇ ਫਿਰ ਉਹਨਾਂ ਦਾ ਰੋਸ ਸਮਝਣਾ ਚਾਹੀਦਾ। ਪਰ ਆਹ ਜਿਹੜਾ ਜਨਰਲ ਕੈਟਾਗਰੀ ਦੇ ਨਾਂ ਦੇ ਉੱਤੇ ਬਗੈਰ ਕਿਸੇ ਮੰਗ ਤੋਂ ਐਵੇਂ ਚੁੱਕ ਕੇ ਇਹਦਾ ਬੰਦ ਦਾ ਸੱਦਾ ਦੇ ਦਿੱਤਾ ਗਿਆ ਸੀ, ਇਹਦਾ ਲੋਕਾਂ ਨੇ ਵੀ ਹੁੰਗਾਰਾ ਨਹੀਂ ਭਰਿਆ ਅਤੇ ਭਰਨਾ ਵੀ ਕਿਸੇ ਨੇ ਨਹੀਂ ਸੀ ਜੀ। ਇਹ ਇੱਦਾਂ ਦੀਆਂ ਗੱਲਾਂ ਪਾਸੇ ਤੋਂ ਬੈਠ ਕੇ ਜਿਹੜੇ ਲੋਕ ਸ਼ਰਾਰਤਾਂ ਕਰਦੇ ਆ, ਉਹਨਾਂ ਨੂੰ ਕੱਲ੍ਹ ਵਾਲੇ ਸੱਦੇ ਦੇ ਹਸ਼ਰ ਤੋਂ ਸਮਝਣਾ ਚਾਹੀਦਾ ਜੀ। ਪੰਨੂ ਸਾਹਿਬ, ਅਗਲੇ ਸਵਾਲ ਤੋਂ ਪਹਿਲਾਂ ਸਾਨੂੰ ਇੱਕ ਵਾਰ ਫਿਰ ਤੋਂ ਰੁਕਣਾ ਪਏਗਾ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਇੱਕ ਵਾਰ ਫਿਰ ਤੋਂ ਵੇਲੇ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਚੱਲ ਵਾਪਸ ਆਵਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪੰਨੂ ਸਾਹਿਬ, ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਅਮਰੀਕੀ ਸੀਨੇਟ ਦੇ ਅੱਗੇ ਆਪਣੀ ਭੁੱਲ ਮੰਨੀ ਹੈ ਅਤੇ ਕਿਹਾ ਹੈ ਕਿ ਅੱਗੇ ਤੋਂ ਅਮਰੀਕਾ ਅਤੇ ਭਾਰਤ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਚੋਣਾਂ ਹੈ ਉਹ ਤੋਂ ਇੱਕ ਪਾਸੇ ਰਹਿਣ ਦੀ ਗੱਲ ਵੀ ਆਖੀ ਗਈ ਹੈ। ਆਖਿਰਕਾਰ ਇਹ ਸਭ ਕੁਝ ਕਹਿਣ ਦੀ ਲੋੜ ਕਿਉਂ ਪਈ? ਦੇਖੋ ਮਨਪ੍ਰੀਤ ਜੀ, ਫੇਸਬੁੱਕ ਨੇ ਇੰਨਾ ਖਿਲਾਰਾ ਪਾ ਦਿੱਤਾ ਜਿਹਦਾ ਕਰਕੇ ਫੇਸਬੁੱਕ ਸ਼ੁਰੂ ਕਰਨ ਵਾਲੇ ਜ਼ੁਕਰਬਰਗ ਵਾਸਤੇ ਆਪਣਾ ਫੇਸ ਬਚਾਉਣਾ ਔਖਾ ਹੋਇਆ ਪਿਆ ਜੀ। ਉਹਨੂੰ ਕਦੇ ਬ੍ਰਿਟੇਨ ਦੇ ਵਿੱਚ ਸੱਦ ਕੇ ਉਹਦੀ ਲਾਹ ਪਾ ਹੁੰਦੀ ਆ, ਪੁੱਛਿਆ ਜਾਂਦਾ ਕਿ ਤੂੰ ਇਹ ਸੋਸ਼ਲ ਮੀਡੀਆ ਗਰੁੱਪ ਐਡਾ ਵੱਡਾ ਬਣਾ ਦਿੱਤਾ, ਤੈਨੂੰ ਸੰਭਾਲਿਆ ਕਿਉਂ ਨਹੀਂ? ਕਦੇ ਅਮਰੀਕਾ ਦੇ ਵਿੱਚ ਸੈਨੇਟ ਦੇ ਸਾਹਮਣੇ ਪੇਸ਼ੀ ਹੁੰਦੀ ਆ, ਕਦੇ ਭਾਰਤ ਵਿੱਚੋਂ ਇਹ ਆਉਂਦਾ ਕਿ ਅਸੀਂ ਵੀ ਸੱਦਣਾ ਜੀ। ਜਦੋਂ ਉਹਨੇ ਸ਼ੁਰੂ ਕੀਤਾ ਤਾਂ ਬਹੁਤ ਵਧੀਆ ਪਲੇਟਫਾਰਮ ਸੀ, ਇਹਦਾ ਲੋਕਾਂ ਨੂੰ ਫਾਇਦਾ ਵੀ ਹੋਇਆ। ਮੈਨੂੰ ਯਾਦ ਹੈ ਕਿ ਇੱਕ ਵਾਰੀ ਇੱਕ ਰੇਅਰ ਗਰੁੱਪ ਸੀ, ਕਿਸੇ ਦਾ ਆਪਰੇਸ਼ਨ ਹੋਣਾ ਸੀ, ਉਸ ਗਰੁੱਪ ਦਾ ਕੋਈ ਬਲੱਡ ਡੋਨਰ ਨਹੀਂ ਸੀ ਮਿਲਦਾ ਅਤੇ ਕਿਸੇ ਨੇ ਫੇਸਬੁੱਕ 'ਤੇ ਪਾ ਦਿੱਤਾ ਅਤੇ ਸ਼ਾਮ ਤੱਕ 15-16 ਲੱਭ ਪਏ, ਉਸ ਗਰੁੱਪ ਦਾ ਇੱਕ ਨਹੀਂ ਸੀ ਲੱਭਦਾ ਅਤੇ 15-16 ਲੱਭ ਪਏ ਕਿ ਸਾਡਾ ਅਸੀਂ ਆ ਜਾਂਦੇ ਹਾਂ। ਇਹਨੇ ਕਈ ਵਿਛੜਿਆਂ ਨੂੰ ਮਿਲਾਇਆ ਜੀ, ਕਿਸੇ ਨੇ ਫੇਸਬੁੱਕ 'ਤੇ ਪਾ ਦਿੱਤਾ ਕਿ ਛੋਟੇ ਹੁੰਦਿਆਂ ਮੈਂ ਵਿਛੜ ਗਿਆ ਸਾਂ, ਮੈਨੂੰ ਪਤਾ ਹੀ ਨਹੀਂ ਮਾਂ ਬਾਪ ਕਿੱਥੇ ਆ, ਅਤੇ ਉਹਦੇ ਭਰਾ ਨੇ ਆਖਿਆ ਕਿ ਉਸੇ ਟੱਬਰ 'ਚੋਂ ਮੈਂ ਵੀ ਵਿਛੜਿਆ ਸਾਂ, ਮੈਨੂੰ ਵੀ ਨਹੀਂ ਪਤਾ, ਮਿਲੇ ਪਤਾ ਲੱਗ ਗਿਆ ਕਿ ਆਪਾਂ ਹੀ ਹਾਂ, ਅਤੇ ਮੁੜ ਕੇ ਮਾਂ ਬਾਪ ਵੀ ਲੱਭ ਲਏ। ਇੱਦਾਂ ਦੇ ਚੰਗੇ ਕੰਮ ਕੀਤੇ। ਮਾੜੀ ਗੱਲ ਇਹ ਹੋਈ ਕਿ ਇੰਗਲੈਂਡ ਦੇ ਵਿੱਚੋਂ ਜਿਹੜੀ ਕੈਂਬਰਿਜ ਐਨਾਲਿਟਿਕਾ ਚੱਲਦੀ ਹੈ ਕੰਪਨੀ, ਉਹਨਾਂ ਨੇ ਫੇਸਬੁੱਕ ਦਾ ਡਾਟਾ ਸਰਵੇਖਣ ਦੇ ਨਾਂ 'ਤੇ ਲਿਆ ਜੀ, ਲੈ ਕੇ ਡਿਲੀਟ ਨਹੀਂ ਕੀਤਾ ਅਤੇ ਉਹਨੂੰ ਅੱਡ ਅੱਡ ਪਾਸੇ ਵੇਚਿਆ। ਮੇਰੇ ਮੰਨਣ 'ਚ ਇਹ ਨਹੀਂ ਆਉਂਦਾ ਕਿ ਉਹਨਾਂ ਨੇ ਆਪਣੇ ਤੌਰ 'ਤੇ ਐਡਾ ਵੱਡਾ ਸੌਦਾ ਮਾਰ ਲਿਆ ਜੀ। ਫੇਸਬੁੱਕ ਵਾਲੇ ਨੂੰ ਜਦੋਂ ਪਤਾ ਕਿ ਮੇਰਾ ਡਾਟਾ ਅਤੇ ਵਰਤ ਰਿਹਾ, ਇਹ ਕਿੱਦਾਂ ਹੋ ਸਕਦਾ ਕਿ ਇਹਨੇ ਮੁਫਤ ਉਹਨਾਂ ਨੂੰ ਕਹਿਤਾ ਹੋਵੇ ਕਿ ਤੁਸੀਂ ਕਰ ਲਓ? ਸ਼ੱਕ ਤਾਂ ਇਹਦੇ ਬਾਰੇ ਪੈਦਾ ਹੁੰਦਾ। ਹਾਂਜੀ, ਹੁਣ ਉਹ ਸ਼ੱਕ ਜਿੰਨੀ ਕਿਸਮ ਦੇ ਹੋ ਗਏ ਆ। ਹੁਣ ਤੱਕ ਤਾਂ ਰੌਲਾ ਪੈਂਦਾ ਸੀ ਰੂਸ ਵਾਲਿਆਂ ਨੇ ਜਾ ਕੇ ਦਖਲ ਦਿੱਤਾ ਅਮਰੀਕਾ ਦੇ ਰਾਸ਼ਟਰਪਤੀ ਚੋਣ 'ਚ, ਹੁਣ ਪਤਾ ਲੱਗਦਾ ਪਿਆ ਕਿ ਰਾਸ਼ਟਰਪਤੀ ਚੋਣ ਦੇ ਵਿੱਚ ਅਮਰੀਕਾ ਵਿੱਚੋਂ ਚੱਲਦੀ ਫੇਸਬੁੱਕ ਦਾ ਡਾਟਾ ਕੱਢ ਕੇ ਅਮਰੀਕਾ ਦੇ ਵਿੱਚ ਵਰਤਿਆ ਗਿਆ, ਔਰ ਵਰਤਣ ਵਾਲੇ ਜਿਹੜੇ ਉਹ ਇੰਗਲੈਂਡ 'ਚ ਬੈਠੇ ਆ। ਇਹ ਜਿਹੜੀਆਂ ਖੇਡਾਂ ਚੱਲਦੀਆਂ ਰਹੀਆਂ ਉਹਦੇ 'ਤੇ ਹੁਣ ਜ਼ੁਕਰਬਰਗ ਬੜੀ ਕਸੂਤੀ ਸਥਿਤੀ 'ਚ ਫਸ ਗਿਆ। ਉਹਦੇ ਫਸਣ ਕਰਕੇ ਹੁਣ ਉਹਨੂੰ ਅੱਡ ਅੱਡ ਥਾਈਂ ਸੱਦਿਆ ਜਾ ਰਿਹਾ, ਸਭ ਥਾਵਾਂ 'ਤੇ ਜਾ ਕੇ ਪਹਿਲਾ ਕੰਮ ਮਾਫ਼ੀ ਮੰਗਦਾ, ਦੂਜਾ ਇਹ ਕਹਿੰਦਾ ਕਿ ਮੈਂ ਅੱਗੇ ਤੋਂ ਇਸ ਤਰ੍ਹਾਂ ਦੇ ਕੋਈ ਸੇਫਗਾਰਡਸ ਲੱਭਾਂਗਾ ਕਿ ਡਾਟਾ ਵਰਤਿਆ ਨਾ ਜਾ ਸਕੇ। ਕਰਦਾ ਕਿ ਨਹੀਂ ਕਰਦਾ ਇਹ ਜੇ ਬਾਅਦ 'ਚ ਪਤਾ ਲੱਗੂ, ਪਰ ਪਹਿਲਾ ਸਵਾਲ ਇਹ ਹੈ ਕਿ ਫੇਸਬੁੱਕ ਜਿਹੜੀ ਬਹੁਤ ਭਰੋਸੇ ਵਾਲੀ ਸੀ ਜੀ,
ਉਹਦੇ ਉੱਤੇ ਹੁਣ ਲੋਕਾਂ ਦਾ ਬਹੁਤਾ ਭਰੋਸਾ ਨਹੀਂ ਰਹਿ ਗਿਆ। ਪਰ ਸਾਹਿਬ, ਮਹਾਤਮਾ ਗਾਂਧੀ ਦੀ ਸਮਾਧੀ ਦੇ ਕੋਲ ਰਾਹੁਲ ਗਾਂਧੀ ਅਤੇ ਕਾਂਗਰਸੀਆਂ ਦੇ ਵੱਲੋਂ ਕੱਲ੍ਹ ਧਰਨਾ ਦਿੱਤਾ ਗਿਆ ਸੀ ਇੱਕ ਦਿਨ ਦਾ, ਇਸੇ ਤਰ੍ਹਾਂ ਦਾ ਧਰਨਾ ਇੱਕ ਦਿਨ ਦਾ ਹੀ ਭਾਜਪਾ ਵੱਲੋਂ ਵੀ ਦਿੱਤੇ ਜਾਣ ਦੀ ਗੱਲ ਆਖੀ ਗਈ ਹੈ। ਸੋ ਤੁਸੀਂ ਇਸ ਬਾਰੇ ਕੀ ਕਹੋਗੇ ਕਿ ਧਰਨਿਆਂ ਦੇ ਨਾਲ ਆਖਿਰਕਾਰ ਕੁਝ ਬਣ ਸਕਦਾ? ਦੇਖੋ, ਜੇ ਤਾਂ ਇਸੇ ਤਰ੍ਹਾਂ ਦਾ ਦੇਣਾ ਜੀ, ਤੇ ਫਿਰ ਤੇ ਭਾਜਪਾ ਵਾਲਿਆਂ ਨੂੰ ਪਹਿਲਾਂ ਚਾਂਦਨੀ ਚੌਕ ਦੇ ਵਿੱਚ ਛੋਲੇ ਭਟੂਰਿਆਂ ਵਾਲੀ ਉਸ ਦੁਕਾਨ ਤੇ ਜਾਣਾ ਪਊ ਜਿਹੜੀ ਬੜੀ ਮਸ਼ਹੂਰ ਆ ਜੀ। ਦਿੱਲੀ 'ਚ ਮੈਂ ਵੀ ਕਈ ਵਾਰ ਗਿਆ, ਪਰ ਮੈਨੂੰ ਅਜੇ ਤੱਕ ਉਸ ਦੁਕਾਨ ਦਾ ਨਹੀਂ ਪਤਾ ਜੀ। ਮੁੜ ਕੇ ਕਿਤੇ ਗਏ ਤੇ ਲੱਭਣੀ ਪਊ ਜਿੱਥੇ ਵੱਡੇ ਵੱਡੇ ਲੀਡਰ ਜਾ ਕੇ ਛੋਲੇ ਭਟੂਰੇ ਖਾਂਦੇ। ਇਹਨਾਂ ਨੇ ਵਰਤ ਰੱਖਿਆ, ਉਹ ਤੋਂ ਪਹਿਲਾਂ ਸਾਰੀ ਲੀਡਰਸ਼ਿਪ ਇਕੱਠੇ ਹੋ ਕੇ ਛੋਲੇ ਭਟੂਰੇ ਖਾਣ ਚਲੇ ਗਏ ਜੀ। ਇਸ ਗੱਲ ਦਾ ਮੁੱਦਾ ਬਣਾਤਾ ਬੀਜੇਪੀ ਨੇ, ਲਓ ਜੀ 10 ਵਜੇ ਵਰਤ ਸ਼ੁਰੂ ਕਰਨਾ, 9 ਵਜੇ ਤੋਂ ਬਾਅਦ ਜਾ ਕੇ ਉੱਥੇ ਛੋਲੇ ਭਟੂਰੇ ਖਾਂਦੇ ਪਏ ਜੀ। ਵੀ ਜਦੋਂ ਉਹਨਾਂ ਨੇ ਅਨਾਊਂਸ ਹੀ ਇਹ ਕੀਤਾ ਕਿ 10 ਵਜੇ ਤੋਂ 4 ਵਜੇ ਤੱਕ ਸਾਡਾ ਵਰਤ ਹੈ, ਫਿਰ 9:55 'ਤੇ ਵੀ ਖਾਣ 'ਤੇ ਤੁਸੀਂ ਰੋਕ ਖਾ ਸਕਦੇ, ਵਰਤਾ ਟਾਈਮ ਨਹੀਂ ਸ਼ੁਰੂ ਹੋਇਆ, ਤੁਸੀਂ ਵੀ ਖਾ ਲਿਓ। ਅੱਛਾ, ਦੂਸਰੀ ਗੱਲ ਇਹ ਕਿ ਜੇ ਇਸ ਤਰ੍ਹਾਂ ਦੇ ਨੁਕਸ ਕੱਢਣੇ ਪਾਉਣ ਤਾਂ ਨੁਕਸ ਤਾਂ 36 ਕਿਸਮ ਦੇ ਨਿਕਲ ਸਕਦੇ ਆ ਜੀ। 2 ਅਕਤੂਬਰ 2014 ਨੂੰ ਜਦੋਂ ਮਹਾਤਮਾ ਗਾਂਧੀ ਦਾ ਪਹਿਲਾ ਜਨਮ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨਾਇਆ ਪ੍ਰਧਾਨ ਮੰਤਰੀ ਦੇ ਤੌਰ 'ਤੇ, ਤਾਂ ਉੱਥੇ ਸਕੂਲਾਂ ਕਾਲਜਾਂ ਦੇ ਬੱਚੇ ਇਕੱਠੇ ਕਰਕੇ ਆਖਿਆ ਸੀ ਕਿ ਅੱਜ ਤੋਂ ਸਵੱਛ ਭਾਰਤ ਮਿਸ਼ਨ ਸ਼ੁਰੂ ਕਰਦੇ ਹਾਂ ਜੀ, ਸਹੁੰ ਚੁਕਾਈ ਸਾਰਿਆਂ ਨੂੰ ਕਿ ਅੱਜ ਤੋਂ ਤੁਸੀਂ ਸਵੱਛਤਾ ਦਾ ਖਿਆਲ ਰੱਖੋਗੇ। ਬੱਚੇ ਵੇਲੇ ਸਿਰ ਇਕੱਠੇ ਨਹੀਂ ਸੀ ਹੋਏ, ਜਦੋਂ ਪਤਾ ਲੱਗਾ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਰਾਹ 'ਚ ਇੱਕ ਹੋਰ ਕੰਮ ਕਰ ਦਿੱਤਾ, ਜਾਂਦਿਆਂ ਜਾਂਦਿਆਂ ਇੱਕ ਥਾਣੇ ਦੇ ਵਿੱਚ ਗੱਡੀ ਖੜੀ ਕਰਕੇ ਆਖਿਆ ਥਾਣੇ 'ਚ ਸੜਕ 'ਤੇ ਸਫਾਈ ਕਰੋ, ਇਹ ਵੀ ਕਰਕੇ ਗਏ ਸੀ। ਪਰ ਜਦੋਂ ਮਹਾਤਮਾ ਗਾਂਧੀ ਦੀ ਸਮਾਧੀ ਸਾਹਮਣੇ ਇਹ ਬੱਚਿਆਂ ਨੂੰ ਸਹੁੰ ਸਿਖਾ ਚੁਕਾ ਕੇ ਅਤੇ ਉੱਥੋਂ ਨਿਕਲ ਕੇ ਆਏ ਅਤੇ ਸਵੱਛ ਭਾਰਤ ਦਾ ਸੁਨੇਹਾ ਦੇ ਕੇ ਆਏ ਜੀ, ਉਹਦੇ ਤੋਂ ਬਾਅਦ TV ਕੈਮਰਿਆਂ ਵਾਲਿਆਂ ਵਿਖਾਤਾ ਸੀ ਕਿ ਆਹ ਸਵੱਛ ਭਾਰਤ ਆ। ਇਹਨਾਂ ਦੇ BJP ਲੀਡਰ, ਸਕੂਲਾਂ ਕਾਲਜਾਂ ਦੇ ਬੱਚੇ, ਟੀਚਰ ਜਿਹੜੇ ਇਹਨਾਂ ਲਿਆਉਂਦੇ ਸਨ ਚੁਣ ਚੁਣ ਕੇ ਸਵੱਛ ਭਾਰਤ ਵਾਸਤੇ, ਉਹ ਜਾਣ ਲੱਗਿਆ ਇੰਨਾ ਕੂੜਾ ਕਚਰਾ, ਛੋਲੇ ਕੁਲਚੇ, ਡੂਨੇ, ਚਿਪਸ ਦੇ ਪੈਕਟ ਇਹਨਾਂ ਕੋਲ ਸੁੱਟ ਗਏ ਸੀ ਕਿ ਮਿਊਂਸੀਪਲ ਕਾਰਪੋਰੇਸ਼ਨ ਵਾਲਿਆਂ ਨੂੰ 3 ਘੰਟੇ ਲਾ ਕੇ ਸਫਾਈ ਕਰਨੀ ਪਈ ਸੀ। ਫਿਰ ਮਿਹਣੇ 'ਤੇ ਇੱਕ ਜੁਰਮ ਵੀ ਦਿੱਤੇ ਜਾ ਸਕਦੇ ਜੀ। ਕਰਨੇ ਕਾਹਦੇ ਲਈ ਇਹਨਾਂ ਨੇ ਵਰਤ? ਕਾਂਗਰਸ ਵਾਲਿਆਂ ਨੇ ਵਰਤ ਕਾਹਦੇ ਲਈ ਕੀਤਾ? ਦਲਿਤਾਂ ਦਾ ਸਵਾਲ ਇਹ ਕਾਹਦੀ ਕਰਨਗੇ? ਦਲਿਤਾਂ ਦਾ ਸਵਾਲ ਅਤੇ ਦਲਿਤਾਂ ਨੂੰ ਦਿੱਤਾ ਕਿਸੇ ਨੇ ਕੀ ਹੈ? ਆਜ਼ਾਦੀ ਤੋਂ 70 ਸਾਲ ਬਾਅਦ ਵੀ ਅੱਜ ਉਹ ਤਾਂ ਰੋਈ ਜਾਂਦੇ, ਸਾਨੂੰ ਮਿਲਿਆ ਕੱਖ ਨਹੀਂ ਜੀ। ਲੜਾਈ ਮੂਰਤੀਆਂ ਤੋਂ ਹੋਈ ਜਾਂਦੀ ਜਾਂ ਵੋਟਾਂ ਤੋਂ ਹੋਈ ਜਾਂਦੀ ਹੈ ਜੀ, ਉਹਨਾਂ ਨੂੰ ਦੇਣਾ ਕੱਖ ਨਹੀਂ, ਵੋਟਾਂ ਤੋਂ ਮੂਰਤੀਆਂ ਤੋਂ ਲੜੀ ਜਾਣਾ, ਵਰਤ ਰੱਖੀ ਜਾਣੇ। ਇਹਨਾਂ ਵਰਤਾਂ ਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ, ਇਹਦੀ ਥਾਂ ਦੇ ਉੱਤੇ ਅਮਲ ਵਿੱਚ ਕੁਝ ਕੰਮ ਕਰਨਾ ਚਾਹੀਦਾ। ਇਹ ਇੱਕ ਅੰਗਰੇਜ਼ੀ ਦਾ ਮੁਹਾਵਰਾ ਕਿ ਭੁੱਖੇ ਨੂੰ ਖਾਣ ਵਾਸਤੇ ਮੱਛੀ ਨਾ ਦਿਓ ਜੀ, ਉਹਨੂੰ ਨਹਿਰ ਕੰਢੇ ਲੈ ਜਾਓ, ਮੱਛੀ ਫੜਨ ਦੀ ਜਾਚ ਸਿਖਾਓ, ਫੜ ਕੇ ਫਿਰ ਫੜ ਕੇ ਕੱਢ ਕੇ ਖਾ ਸਕੇ। ਇੱਥੇ ਇਹ ਨਹੀਂ ਗਾ ਕਿ ਦਲਿਤਾਂ ਨੂੰ ਵਜ਼ੀਫਾ ਦੇ ਦਿੱਤਾ, ਦਲਿਤਾਂ ਨੂੰ ਗ੍ਰਾਂਟ ਦੇ ਦਿੱਤੀ, ਸਸਤਾ ਆਟਾ ਦਾਲ ਦੇ ਦਿੱਤਾ, ਚਾਹ ਅਤੇ ਪੱਤੀ ਦੇ ਦਿੱਤੀ ਜੀ, ਦਲਿਤਾਂ ਨੂੰ ਪੈਰਾਂ ਸਿਰ ਖੜਾ ਕਰੋ ਕਿ ਉਹ ਆਪ ਕਮਾ ਕੇ ਖਾ ਸਕਣ। ਉਹ ਕੋਈ ਮੰਗਤੇ ਥੋੜ੍ਹੇ ਆ, ਉਹ ਮਿਹਨਤੀ ਲੋਕ ਆ, ਕਿਰਤ ਕਰਨਾ ਚਾਹੁੰਦੇ ਆ। ਉਹ ਕਹਿੰਦੇ ਸਾਨੂੰ ਰੁਜ਼ਗਾਰ ਦਿਓ, ਰੁਜ਼ਗਾਰ ਤੁਸੀਂ ਉਹਨਾਂ ਨੂੰ ਦਿੰਦੇ ਨਹੀਂ। ਉਹ ਕਹਿੰਦੇ ਸਾਨੂੰ ਅਣਖ ਨਾਲ ਜਿਉਣ ਦਾ ਹੱਕ ਦਿਓ, ਉਹਨਾਂ ਨੂੰ ਅਣਖ ਨਾਲ ਜਿਉਣ ਦਾ ਹੱਕ ਤੁਸੀਂ ਅਜੇ ਤੱਕ ਨਹੀਂ ਦਿੱਤਾ, ਅਜੇ ਵੀ ਆਪੋ ਇੱਕ ਦੂਜੇ ਦੇ ਕੰਨ 'ਚ ਹੌਲੀ ਜੀ ਕਹਿੰਦੇ ਜੇ ਇਹ ਫਿਰ ਉਹ ਹੋਇਆ ਨਾ, ਅਜੇ ਤੱਕ ਤਾਂ ਤੁਸੀਂ ਉਹਨਾਂ ਦੀ ਬੇਇੱਜ਼ਤੀ ਕਰਦੇ ਜੇ। ਜਿਹੜੇ ਕਾਂਗਰਸ ਵਿੱਚ ਦਲਿਤ ਨੇ ਉਹ ਵੀ ਇਸ ਗੱਲ 'ਤੇ ਚਿੜੀ ਜਾਂਦੇ ਆ ਕਿ ਸਾਡੀ ਪਾਰਟੀ ਦਲਿਤਾਂ ਦੀ ਬਹੁਤੀ ਚਿੰਤਾ ਨਹੀਂ ਕਰਦੀ, ਅਤੇ ਜਿਹੜੇ BJP 'ਚ ਆ ਉਹ ਕਾਂਗਰਸ ਇਹਨਾਂ ਨੂੰ 5 ਗੁਣਾ ਚਿੜਦੇ ਆ। ਉਹ ਦਿੱਲੀ 'ਚ ਬੈਠਾ ਉਦਿਤ ਰਾਜ ਵੀ ਰੌਲਾ ਪਾਈ ਜਾਂਦਾ ਕਿ ਮੇਰੀ ਪਾਰਟੀ ਦਲਿਤਾਂ ਦੇ ਖਿਲਾਫ ਹੈ। ਸਵਿਤਰੀ ਦੇਵੀ ਫੂਲੇ ਜਿਹੜੀ ਆ, ਸਵਿਤਰੀ ਬਾਈ ਫੂਲੇ, ਉਹ ਕਹਿੰਦੀ ਹੈ ਜੀ, ਡਾਕਟਰ ਜਸਵੰਤ ਸਿੰਘ ਕਹਿੰਦਾ, ਉਹ ਸਾਰੇ ਕਹੀ ਜਾਂਦੇ ਆ ਕਿ ਪਾਰਟੀ ਦੇ ਵਿੱਚ ਅਸੀਂ BJP ਜ਼ਰੂਰ ਹਾਂ, ਪਾਰਲੀਮੈਂਟ ਮੈਂਬਰ ਵੀ ਹਾਂ, ਪਰ ਸਾਡੀ ਪਾਰਟੀ ਦਲਿਤਾਂ ਨੂੰ ਇਨਸਾਫ਼ ਨਹੀਂ ਦਵਾ ਸਕੀ। ਇਨਸਾਫ਼ ਦਵਾਉਣ ਦੀ ਲੋੜ ਆ, ਤੁਹਾਡੇ ਭੁੱਖੇ ਰਹਿਣ ਨਾਲ ਇਨਸਾਫ਼ ਨਹੀਂ ਮਿਲ ਜਾਣਾ ਜੀ, ਇਨਸਾਫ਼ ਵਾਲੇ ਪਾਸੇ ਅਮਲ ਵਿੱਚ ਕੁਝ ਕਰਨ ਦੀ ਲੋੜ ਹੈ ਜੀ। ਪੰਨੂ ਸਾਹਿਬ, ਸਾਡੇ ਪ੍ਰੋਗਰਾਮ ਦਾ ਆਖਰੀ ਸਵਾਲ ਸੀ, ਦਰਸ਼ਕੋ ਕੋਲੋਂ ਇਜਾਜ਼ਤ ਲੈਣ ਦਾ ਸਮਾਂ ਹੋ ਚੁੱਕਾ ਹੈ। ਅੱਜ ਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਬਸ ਇੰਨਾ ਹੀ। ਮੇਰੇ ਮਨਪ੍ਰੀਤ ਅਤੇ ਸਾਡੇ ਖਾਸ ਮਹਿਮਾਨ ਜਤਿੰਦਰ ਪੰਨੂ ਜੀ ਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ, ਸਤਿ ਸ਼੍ਰੀ ਅਕਾਲ। ਪ੍ਰਾਈਮ ਏਸ਼ੀਆ TV ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।